ਇਤਿਹਾਸ ਦੇ ਵਿੱਚੋਂ ਸਾਨੂੰ ਇਹ ਵੇਖਣ ਨੂੰ ਮਿਲਦਾ ਹੈ ਸਾਨੂੰ ਇਹ ਤਸਵੀਰਾਂ ਵੀ ਦੇਖਣ ਨੂੰ ਮਿਲਦੀਆਂ ਨੇ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੀ ਭੈਣ ਬੇਬੇ ਨਾਨਕੀ ਦੇ ਕੋਲ ਰਖੜੀ ਬਣਵਾ ਰਹੇ ਹਨ ਤਾਂ ਫਿਰ ਇਹਦਾ ਕੀ ਮਤਲਬ ਹੈ ਹੁਣ ਜਿੱਦਾਂ ਤਸਵੀਰ ਦੀ ਗੱਲ ਹੈ ਹੁਣ ਤਸਵੀਰ ਆਮ ਕਰਕੇ ਫੇਸਬੁੱਕ ਦੇ ਉੱਤੇ ਵਟਸਐਪ ਵਗੈਰਾ ਦੇ ਉੱਤੇ ਜਦੋਂ ਇਹ ਰਖੜੀ ਦਾ ਧਿਆਰ ਆਉਂਦਾ ਏ ਤੇ ਉਦੋਂ ਸਾਡੇ ਸਾਹਮਣੇ ਆਮ ਕਰਕੇ ਹੀ ਇਹ ਵੇਖਣ ਨੂੰ ਮਿਲਦੀ ਹੈ ਤੇ ਇਸ ਚੀਜ਼ ਦਾ ਪ੍ਰਚਾਰ ਕੀਤਾ ਜਾਂਦਾ ਹੈ ਵੇਖੋ ਜੀ ਗੁਰੂ ਨਾਨਕ ਸਾਹਿਬ ਨੇ ਵੀ ਤਾਂ ਬੇਬੇ ਨਾਨਕੀ ਦੇ ਕੋਲੋਂ ਰਖੜੀ ਬਣਾਈ ਸੀਗੀ ਤੇ ਅੱਜ ਦੇ ਪ੍ਰਚਾਰਕ ਜਿਹੜੇ ਨੇ ਐਵੇਂ ਰੋਲਾ ਪਾਈ ਜਾਂਦੇ ਨੇ ਵੀ ਜੇ ਤੁਹਾਡਾ ਗੁਰੂ ਰਖੜੀ ਬਣਾ ਰਿਆ ਏ ਤੇ ਤੁਹਾਨੂੰ ਕੀ ਪ੍ਰੋਬਲਮ ਹੈ ਤੁਸੀਂ ਲੋਕਾਂ ਨੂੰ ਬੰਨਨ ਦਿਓ ਇਹ ਸਾਡੇ ਵਰਗੇ ਪ੍ਰਚਾਰਕਾਂ ਨੂੰ ਵੀ ਇਹ ਗੱਲਾਂ ਜਿਹੜੀਆਂ ਨੇ ਲੋਕ ਕਰਦੇ ਨੇ ਤਾਂ ਮੈਂ ਉਹਨਾਂ ਵੀਰਾਂ ਨੂੰ ਇਹ ਗੱਲ ਪੁੱਛਦਾ ਹੋਂਨਾ ਜਿਹੜਾ ਮੈਨੂੰ ਇਹ ਗੱਲ ਆਖੇ ਵੀ ਗੁਰੂ ਨਾਨਕ ਸਾਹਿਬ ਨੇ ਰਖੜੀ ਬਣਾਈ ਸੀ ਬੇਬੇ ਨਾਨਕੀ ਜੀ ਦੇ ਕੋਲੋਂ ਮੈਨੂੰ ਉਹ ਇਹ ਪੁੱਛਦਾ ਹੁੰਦਾ ਹੁਣ ਨਾ ਵੀ ਗੁਰਬਾਣੀ 'ਚ ਕੋਈ ਪੰਕਤੀ ਹੈ ਜਿੱਥੇ ਇਸ ਗੱਲ ਦਾ ਜ਼ਿਕਰ ਆਇਆ ਹੋਵੇ ਉਹ ਕਹਿੰਦੇ ਜੀ ਸਾਨੂੰ ਤਾਂ ਪਤਾ ਨਹੀਂ ਵੀ ਗੁਰਬਾਣੀ 'ਚ ਪੰਕਤੀ ਹੈਗੀ ਹੈ ਜਾਂ ਨਹੀਂ ਹੈਗੀ ਤਾਂ ਮੈਂ ਉਹਨਾਂ ਨੂੰ ਪੁੱਛਦਾ ਹੁੰਦਾ ਮੈਂ ਕਹਿੰਦਾ ਫਿਰ ਤੁਸੀਂ ਕਿਦਾਂ ਕਹਿ ਰਹੇ ਹੋ ਵੀ ਆ ਗੁਰੂ ਨਾਨਕ ਸਾਹਿਬ ਨੇ ਰਖੜੀ ਬਣਾਈ ਸੀ ਬੇਬੇ ਨਾਨਕੀ ਦੇ ਕੋਲੋਂ ਤਾਂ ਅੱਗੇ ਉਹ ਪੱਖ ਦਿੰਦੇ ਨੇ ਕਹਿੰਦੇ ਜੀ ਅਸੀਂ ਤਸਵੀਰ ਵੇਖੀ ਹੈ ਅਸੀਂ ਤਸਵੀਰ ਵੇਖੀ ਹੈ ਤੇ ਉਸ ਤਸਵੀਰ ਦੇ ਵਿੱਚ ਬੇਬੇ ਨਾਨਕੀ ਜੀ ਗੁਰੂ ਨਾਨਕ ਸਾਹਿਬ ਨੂੰ ਰਖੜੀ ਬੰਨਦੇ ਪਏ ਨੇ ਉਸ ਤਸਵੀਰ ਨੂੰ ਵੇਖ ਕੇ ਸਾਨੂੰ ਪਤਾ ਲੱਗਾ ਏ ਕਿ ਰਖੜੀ ਜਿਹੜੀ ਹੈ ਉਹ ਗੁਰੂ ਨਾਨਕ ਸਾਹਿਬ ਨੇ ਵੀ ਬੇਬੇ ਨਾਨਕੀ ਜੀ ਦੇ ਕੋਲੋਂ ਬਣਾਈ ਹੈ ਠੀਕ ਹੈ ਜੀ ਤੁਸੀਂ ਤਸਵੀਰ ਵੇਖੀ ਹੈ ਪਰ ਮੈਂ ਇੱਕ ਤਸਵੀਰ ਹੋਰ ਦਿਖਾਵਾਂ ਉਹਨਾਂ ਨੂੰ ਮੈਂ ਕਹਿਣਾ ਹੁੰਨਾ ਕਹਿੰਦਾ ਦਿਖਾਓ ਜੀ ਮੈਂ ਕਹਾਂ ਉਹ ਚਲੋ ਮੇਰੇ ਨਾਲ ਇੰਟਰਨੈਟ ਦੇ ਉੱਤੇ ਮੈਂ ਸੰਗਤ ਨੂੰ ਵੀ ਇਹ ਆਖਾਂਗਾ ਵੀ ਜਿਨ੍ਹਾਂ ਨੇ ਵੇਖਣੀ ਹੋਵੇ ਇੰਟਰਨੈਟ ਦੇ ਉੱਤੇ ਜਾ ਕੇ ਤੁਸੀਂ ਵੀ ਗੂਗਲ ਦੇ ਉੱਤੇ ਸਰਚ ਕਰਕੇ ਵੇਖ ਸਕਦੇ ਹੋ ਇੰਟਰਨੈਟ ਦੇ ਉੱਤੇ ਇੱਕ ਹੋਰ ਤਸਵੀਰ ਪਈ ਹੋਈ ਹੈ ਜਿਸ ਤਸਵੀਰ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਦਾੜੀ ਜਿਹੜੀ ਹੈ ਉਹ ਕਤਰੀ ਹੋਈ ਹੈ ਸਿਰ ਦੇ ਉੱਤੇ ਟੋਪੀ ਪਾਈ ਹੋਈ ਹੈ ਤੇ ਗਲ ਦੇ ਵਿੱਚ ਜਨੇਊ ਪਾਇਆ ਹੋਇਆ ਹੈ ਮੈਂ ਤੁਹਾਨੂੰ ਪੁੱਛਦਾ ਵੀਰ ਜੀ ਵੀ ਕੀ ਗੁਰੂ ਨਾਨਕ ਸਾਹਿਬ ਦਾੜੀ ਕੱਟਦੇ ਨੇ ਜਾਂ ਆਪਣੇ ਸਮੇਂ ਵਿੱਚ ਕੱਟਦੇ ਹੋਣਗੇ ਜਾਂ ਉਹ ਆਪਣੇ ਸਿਰ ਤੇ ਟੋਪੀ ਪਾਉਂਦੇ ਸੀ ਜਾਂ ਦਸਤਾਰ ਬੰਨ੍ਹਦੇ ਸੀ ਸਾਡੇ ਲੋਕ ਇਹ ਵੀ ਡਿਸਾਈਡ ਨਹੀਂ ਅਜੇ ਤੱਕ ਕਰ ਸਕੇ ਨਾ ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਵਿੱਚ ਕੇਸਾਂ ਦੀ ਬੇਦਬੀ ਕੀਤੀ ਨਾ ਉਹਨਾਂ ਨੇ ਸਿਰ ਦੇ ਉੱਤੇ ਕਦੀ ਟੋਪੀ ਪਾਈ ਹਮੇਸ਼ਾ ਉਹ ਦਸਤਾਰ ਸਜਾਉਂਦੇ ਰਹੇ ਨੇ ਤੇ ਗਲ ਵਿੱਚ ਜਨੇਊ ਤਾਂ ਉਹਨਾਂ ਨੇ ਪਾਇਆ ਹੀ ਨਹੀਂ ਨਾ ਇਹ ਤੇ ਸਾਨੂੰ ਇਤਿਹਾਸ ਦੇ ਵਿੱਚੋਂ ਪ੍ਰਤੱਖ ਤੌਰ ਦੇ ਉੱਤੇ ਪ੍ਰਮਾਣ ਮਿਲਦਾ ਹੈ ਗੁਰਬਾਣੀ ਦੇ ਵਾਕ ਮਿਲਦੇ ਨੇ ਜਿੱਥੇ ਇਸ ਗੱਲ ਦਾ ਜ਼ਿਕਰ ਆਇਆ ਕਿ ਪੰਡਤ ਹਰਦੇਵਾਲ ਜਦੋਂ ਗੁਰੂ ਨਾਨਕ ਸਾਹਿਬ ਨੂੰ ਜਨੇਊ ਪਾਉਣ ਲੱਗਾ ਏ ਤਾਂ ਗੁਰੂ ਨਾਨਕ ਸਾਹਿਬ ਨੇ ਉਹਦੀ ਬਾਹ ਫੜ ਲਈ ਉਹਨੂੰ ਕਹਿਣ ਲੱਗੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪੰਡਤ ਜੀ ਕੀ ਕਰਨ ਲੱਗੇ ਹੋ ਪੰਡਤ ਜੀ ਕਹਿੰਦੇ ਵੀ ਤੁਹਾਨੂੰ ਜਨੇਊ ਪਾਉਣ ਲੱਗੇ ਆ ਇਹਨੂੰ ਪਵਾ ਲਓ ਤੁਸੀਂ ਉੱਚੇ ਗੁਰੂ ਨਾਨਕ ਸਾਹਿਬ ਨੇ ਗੱਲ ਆਖੀ ਕਹਿੰਦੇ ਇਹ ਗੱਲ ਸੱਚੀ ਏ ਵੀ ਜਨੇਊ ਪਾਉਣ ਦੇ ਨਾਲ ਬੰਦਾ ਉੱਚਾ ਹੋ ਜਾਂਦਾ ਏ ਉਹ ਕਹਿੰਦੇ ਹਾਂਜੀ ਇਹ ਗੱਲ ਸੱਚੀ ਏ ਵੇਖੋ ਜਨੇਊ ਪਾ ਕੇ ਉੱਚਾ ਹੋ ਜਾਂਦਾ ਏ ਬੰਦਾ ਤਾਂ ਗੁਰੂ ਸਾਹਿਬ ਪਾਤਸ਼ਾਹ ਨੇ ਆਖਿਆ ਕਹਿੰਦੇ ਮੈਂ ਆਪਣੀ ਮਾਂ ਦੇ ਤੰਦੇ ਉੱਤੇ ਅਜੇ ਤੱਕ ਜਨੇਊ ਨਹੀਂ ਵੇਖਿਆ ਪੰਡਤ ਜੀ ਮੇਰੀ ਭੈਣ ਬੇਬੇ ਨਾਨਕੀ ਮੇਰੇ ਨਾਲੋਂ 5 ਸਾਲ ਵੱਡੀ ਹੈ ਮੈਂ ਉਹਦੇ ਤੰਦੇ ਉੱਤੇ ਅਜੇ ਤੱਕ ਜਨੇਊ ਨਹੀਂ ਵੇਖਿਆ ਜਿਹੜੇ ਦੋਸਤਾਂ ਮਿੱਤਰਾਂ ਨਾਲ ਮੈਂ ਖੇਡਦਾ ਵਾਂ ਉਹਨਾਂ ਨੇ ਅਜੇ ਤੱਕ ਜਨੇਊ ਨਹੀਂ ਪਾਇਆ ਹੋਇਆ ਤਾਂ ਪਹਿਲਾਂ ਤੇ ਉਹਨਾਂ ਨੂੰ ਨਾ ਆਪਾਂ ਪੁਵਾਈਏ ਵੀ ਮੇਰੀ ਮਾਤਾ ਜੀ ਨੂੰ ਪਾਓ ਮੇਰੀ ਭੈਣ ਜੀ ਨੂੰ ਪਾਓ ਮੇਰੇ ਦੋਸਤਾਂ ਮਿੱਤਰਾਂ ਨੂੰ ਪਾਓ ਫਿਰ ਮੈਂ ਪਾਲਣ ਨਾ ਵਾਂ ਤਾਂ ਅਗਿਓ ਪੰਡਤ ਹਰਦੇਵਾਲ ਕਹਿਣ ਲੱਗਾ ਕਹਿੰਦਾ ਜਿਹੜਾ ਜਨੇਊ ਹੈ ਨਾ ਇਹ ਔਰਤ ਵਾਸਤੇ ਨਾਨਕ ਨਾਏ ਤੇਰੀ ਭੈਣ ਨੂੰ ਪਾਇਆ ਜਾ ਸਕਦਾ ਹੈ ਨਾ ਤੁਹਾਡੀ ਮਾਤਾ ਜੀ ਨੂੰ ਪਾਇਆ ਜਾ ਸਕਦਾ ਹੈ ਤੇ ਤੇਰੇ ਜਿਹੜੇ ਮਿੱਤਰ ਜਿਨ੍ਹਾਂ ਨਾਲ ਤੂੰ ਖੇਡਦਾ ਹੈ ਉਹ ਤੇ ਵੈਸੇ ਛੂਦਰ ਨੇ ਤੇ ਛੂਦਰ ਦੇ ਵਾਸਤੇ ਜਨੇਊ ਹੈ ਹੀ ਨਹੀਂ ਤਾਂ ਗੁਰੂ ਨਾਨਕ ਸਾਹਿਬ ਨੇ ਆਖਿਆ ਪੰਡਤ ਜੀ ਜੇ ਤੁਸੀਂ ਇਹ ਜਨੇਊ ਮੇਰੀ ਭੈਣ ਨੂੰ ਨਹੀਂ ਪਾ ਸਕਦੇ ਮੇਰੀ ਮਾਂ ਨੂੰ ਨਹੀਂ ਪਾ ਸਕਦੇ ਮੇਰੇ ਦੋਸਤਾਂ ਨੂੰ ਨਹੀਂ ਪਾ ਸਕਦੇ ਤੇ ਇਹੋ ਜਿਹਾ ਜਨੇਊ ਫਿਰ ਮੈਂ ਵੀ ਪ੍ਰਵਾਨ ਨਹੀਂ ਕਰਦਾ ਜਿਹੜਾ ਸਮਾਜ ਦੇ ਵਿੱਚ ਵੰਡੀਆਂ ਪਾਉਂਦਾ ਹੋਵੇ ਇਹਦਾ ਮਤਲਬ ਮੈਂ ਉੱਚਾ ਹੋ ਗਿਆ ਮੇਰੀ ਮਾਂ ਨਹੀਂ ਵੀ ਮੇਰੀ ਭੈਣ ਨਹੀਂ ਵੀ ਮੇਰੇ ਦੋਸਤ ਮੇਰੇ ਨਾਲੋਂ ਨਹੀਂਵੇਂ ਮੈਂ ਉੱਚਾ ਹੋ ਗਿਆ ਮੈਨੂੰ ਪੰਡਤ ਜੀ ਤੁਹਾਡਾ ਜਨੇਊ ਨਹੀਂ ਚਾਹੀਦਾ ਹਾਂ ਜੇ ਤੁਹਾਡੇ ਕੋਲ ਮਨ ਦਾ ਜਨੇਊ ਹੈ ਨਾ ਤੁਸੀਂ ਤੇ ਸਰੀਰ ਦਾ ਜਨੇਊ ਦੇ ਰਹੇ ਹੋ ਪਰ ਜੇ ਤੁਹਾਡੇ ਕੋਲ ਮਨ ਦਾ ਜਨੇਊ ਹੈ ਨਾ ਉਹ ਜਨੇਊ ਕਿਹੜਾ ਹੈ ਆਸਾ ਕੀ ਵਾਰ ਦੇ ਵਿੱਚ ਪਾਤਸ਼ਾਹ ਨੇ ਜ਼ਿਕਰ ਕੀਤਾ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ ਕਿ ਜੇ ਤੁਹਾਡੇ ਕੋ ਗੁਣਾਂ ਦੇ ਜਨੇਊ ਆ ਜਿਹੜਾ ਮਨ ਦੇ ਉੱਤੇ ਪਾਇਆ ਜਾਂਦਾ ਹੈ ਭਾਵ ਜਿਹੜੇ ਗੁਣ ਮਨ ਦੇ ਉੱਤੇ ਧਾਰਨ ਕੀਤੇ ਜਾਂਦੇ ਨੇ ਜੇ ਇਹ ਜਨੇਊ ਹੈ ਤਾਂ ਮੈਨੂੰ ਦੇ ਦਿਓ ਮੈਂ ਪਾ ਲਵਾਂਗਾ ਹੁਣ ਜਿਹੜੇ ਗੁਰੂ ਨਾਨਕ ਸਾਹਿਬ ਆ ਵਿਚਾਰ ਦਿੰਦੇ ਹੁਣ ਆਪਣੀ ਬਾਣੀ ਦੇ ਵਿੱਚ ਜਿੱਥੇ ਇਤਿਹਾਸ ਦੇ ਵਿੱਚ ਇਹ ਗੱਲ ਆਈ ਹੋਵੇ ਤਾਂ ਤੁਹਾਨੂੰ ਲੱਗਦਾ ਏ ਵੀ ਉੱਥੇ ਗੁਰੂ ਨਾਨਕ ਪਾਤਸ਼ਾਹ ਜੀ ਆ ਇਦਾਂ ਦੀ ਫੋਟੋ ਜਿਹੜੀ ਹੈ ਉਹਨਾਂ ਦੀ ਹੋਵੇਗੀ ਵੀ ਜਿਹਦੇ ਵਿੱਚ ਉਹਨਾਂ ਨੇ ਜਨੇਊ ਪਾਇਆ ਹੈ ਦਾੜੀ ਕੱਟੀ ਹੋਈ ਹੈ ਟੋਪੀ ਪਾਈ ਹੋਈ ਹੈ ਸੋ ਇਹ ਏਜੰਸੀਆਂ ਦੇ ਵੱਲੋਂ ਇਹ ਤਸਵੀਰਾਂ ਜਿਹੜੀਆਂ ਨੇ ਉਹ ਜਾਣ ਜਾਣ ਕੇ ਤਿਆਰ ਕੀਤੀਆਂ ਜਾਂਦੀਆਂ ਨੇ ਸੋ ਮੈਂ ਬੇਨਤੀ ਕਰਨੀ ਚਾਹਾਂਗਾ ਜੇ ਦਾੜੀ ਕੱਟੀ ਹੋਈ ਜਨੇਊ ਪਾਇਆ ਹੋਇਆ ਇਸ ਫੋਟੋ ਨੂੰ ਅਸੀਂ ਗੁਰੂ ਨਾਨਕ ਦੀ ਫੋਟੋ ਨਹੀਂ ਮੰਨਦੇ ਤੇ ਉਸ ਤਸਵੀਰ ਨੂੰ ਜਿਹਦੇ ਵਿੱਚ ਉਹ ਰਖੜੀ ਬਣਵਾਈ ਜਾ ਰਹੀ ਹੈ ਉਹ ਵੀ ਤਸਵੀਰ ਗੁਰੂ ਨਾਨਕ ਦੀ ਨਹੀਂ ਹੈ ਕਿਉਂਕਿ ਗੁਰਬਾਣੀ ਨੇ ਇਹ ਗੱਲ ਆਖੀ ਹੈ ਕਿ ਸਾਡਾ ਗੁਰੂ ਬਾਣੀ ਹੈ ਹੋਰ ਕੁਝ ਨਹੀਂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਕਿਸੇ ਤਸਵੀਰ ਨੂੰ ਕੋਈ ਮਾਨਤਾ ਨਹੀਂ ਦਿੱਤੀ ਗਈ ਇੱਥੇ ਗੁਰਬਾਣੀ ਦਾ ਵਾਕ ਹੈ ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਰਨਾਈ ਓਇਲੇ ਜਾ ਰਹੇ ਓਇਲੇ ਗਾਡੇ ਤੇਰੀ ਗਤ ਦੋਹੂ ਨਾ ਪਾਈ ਬੁੱਤਾਂ ਦੀ ਪੂਜਾ ਤੋਂ ਸਾਨੂੰ ਰੋਕਿਆ ਸੀ ਇਸੇ ਕਰਕੇ ਭਾਈ ਗੁਰਦਾਸ ਜੀ ਨੇ ਵੀ ਕਹਿ ਦਿੱਤਾ ਗੁਰ ਮੂਰਤ ਗੁਰ ਸ਼ਬਦ ਹੈ ਸਾਧ ਸੰਗਤ ਵਿੱਚ ਪ੍ਰਗਟ ਹੀ ਆਇਆ ਗੁਰੂ ਦਾ ਮੂਰਤ ਗੁਰੂ ਦਾ ਸ਼ਬਦ ਹੀ ਹੈ ਸਾਨੂੰ ਕਿਸੇ ਵੀ ਤਸਵੀਰ ਦੇ ਪਿੱਛੇ ਲੱਗਣ ਦੀ ਲੋੜ ਨਹੀਂ ਤਸਵੀਰਾਂ ਤਾਂ ਚਿੱਤਰਕਾਰਾਂ ਨੇ ਤਿਆਰ ਕੀਤੀਆਂ ਅੱਜ ਮੈਂ ਵੀ ਕੋਈ ਤਸਵੀਰ ਤਿਆਰ ਕਰ ਦਿੰਨਾ ਤੇ ਉੱਤੇ ਜੋ ਮਰਜ਼ੀ ਲਿਖ ਦਿਓ ਤੁਸੀਂ ਭਾਵੇਂ ਉਹਨੂੰ ਗੁਰੂ ਨਾਨਕ ਕਹੀ ਜੋ ਤੇ ਭਾਵੇਂ ਜੋ ਮਰਜ਼ੀ ਕਹੀ ਜੋ ਅੱਜ ਤੇ ਫੇਸਬੁੱਕ ਉੱਤੇ ਵੀ ਇਦਾਂ ਤਸਵੀਰਾਂ ਪਈਆਂ ਹੁੰਦੀਆਂ ਜਿੱਥੇ ਕਿਤੇ ਉਹ ਗੁਰੂ ਸਾਹਿਬ ਦੀਆਂ ਨਕਲੀ ਫੋਟੋਆਂ ਨੇ ਜਿਹੜੀਆਂ ਉੱਤੇ ਕਿਸੇ ਨੂੰ ਬੀੜੀ ਪੀਂਦੇ ਦਿਖਾ ਦਿੰਦੇ ਨੇ ਸਾਡੇ ਲੋਕ ਖਿਜੀ ਜਾਂਦੇ ਨੇ ਇਸੇ ਗੱਲ ਦੇ ਉੱਤੇ ਵੀ ਆਹ ਵੇਖੋ ਜੀ ਗੁਰੂ ਨਾਨਕ ਸਾਹਿਬ ਨੂੰ ਇਦਾਂ ਵਿਖਾਤਾ ਉਹ ਭਲੇ ਉਹ ਗੁਰੂ ਨਾਨਕ ਹੈ ਹੀ ਨਹੀਂ ਜਿਹਨੂੰ ਤੁਸੀਂ ਗੁਰੂ ਨਾਨਕ ਸਮਝਿਆ ਹੋਇਆ ਏ ਤਸਵੀਰ ਗੁਰੂ ਨਾਨਕ ਨਹੀਂ ਹੈ ਜੇ ਗੁਰੂ ਨਾਨਕ ਦੇ ਦਰਸ਼ਨ ਕਰਨੇ ਨੇ ਤਾਂ ਤਾਂ ਪਤਾ ਲੱਗਿਆ ਗੁਰੂ ਨਾਨਕ ਕੀ ਹੈ ਤੁਸੀਂ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋ ਫਿਰ ਗੁਰੂ ਨਾਨਕ ਦੇਵ ਜੀ ਕੋਈ ਵੀ ਤਸਵੀਰ ਜਿਹੜੀ ਹੈ ਉਹ ਗੁਰੂ ਨਾਨਕ ਸਾਹਿਬ ਦੀ ਨਹੀਂ ਹੈ ਸੋ ਇਹ ਗੱਲ ਨੂੰ ਪੱਕੀ ਕਰਕੇ ਜਾਣ ਲਈਏ ਕਿ ਗੁਰੂ ਨਾਨਕ ਸਾਹਿਬ ਨੇ ਬੇਬੇ ਨਾਨਕੀ ਦੇ ਕੋਲੋਂ ਕੋਈ ਰਖੜੀ ਨਹੀਂ ਬਣਾਈ ਕਿਉਂਕਿ ਗੁਰੂ ਨਾਨਕ ਸਾਹਿਬ ਬਾਣੀ ਚ ਆਪ ਕਹਿ ਰਹੇ ਨੇ ਸੋ ਕਿਉਂ ਮੰਦਾ ਆਖੀ ਹੈ ਜਿਤ ਜੰਮੈ ਰਾਜਾਨ ਕੇ ਇਸਤਰੀ ਨੂੰ ਕਿਉਂ ਮੜਾ ਆਖਦੇ ਹੋ ਜਿੰਨੇ ਇੰਨੇ ਵੱਡੇ ਵੱਡੇ ਰਾਜਿਆਂ ਮਹਾਰਾਜਿਆਂ ਪੀਰ ਪੈਗੰਬਰਾਂ ਨੂੰ ਜਨਮ ਦਿੱਤਾ ਹੈ ਤੇ ਜੇ ਉਹ ਰਖੜੀ ਬਣਵਾ ਲੈਂਦੇ ਗੁਰੂ ਨਾਨਕ ਸਾਹਿਬ ਤਾਂ ਉਹ ਵੀ ਬ੍ਰਾਹਮਣ ਦੇ ਮੁਤਾਬਕ ਫਿਰ ਇਸਤਰੀ ਨੂੰ ਨੀਵਾ ਵਿਖਾ ਜਾਂਦੇ ਪਰ ਗੁਰੂ ਨਾਨਕ ਸਾਹਿਬ ਨੇ ਇਸਤਰੀ ਨੂੰ ਨੀਵਾ ਨਹੀਂ ਵਿਖਾਇਆ ਉਹਨਾਂ ਨੇ ਤੇ ਉੱਚਾ ਚੁੱਕਿਆ ਹੈ ਤਾਂ ਹੀਓ ਗੁਰੂ ਨਾਨਕ ਸਾਹਿਬ ਦੀ ਪਹਿਲੀ ਸਿੱਖ ਹੀ ਇੱਕ ਔਰਤ ਹੈ ਜਿਹਦਾ ਨਾਮ ਬੇਬੇ ਨਾਨਕੀ ਹੈ ਇੱਥੇ ਦੁਨੀਆ ਦੇ ਸਾਰੇ ਮਤਾਂ ਵਾਲਿਆਂ ਨੇ ਇਸਤਰੀ ਨੂੰ ਨੀਵਾ ਕਰਕੇ ਦਿਖਾਇਆ ਤੁਲਸੀਦਾਸ ਨੇ ਆਖਿਆ ਘੋਲ ਗਵਾਰ ਸ਼ੂਦਰ ਪਸ਼ੂ ਨਾਰੀ ਇਹ ਸਭ ਤਾੜਨ ਕੇ ਅਧਿਕਾਰੀ ਉਹਨੇ ਆਖਿਆ ਜਿਵੇਂ ਪਸ਼ੂ ਨਾਲ ਪਸ਼ੂ ਨੂੰ ਤੁਸੀਂ ਡੰਡੇ ਨਾਲ ਸਿੱਧਾ ਰੱਖਦੇ ਹੋ ਨਾ ਇਸੇ ਤਰ੍ਹਾਂ ਇਸਤਰੀ ਨੂੰ ਵੀ ਡੰਡੇ ਨਾਲ ਸਿੱਧਾ ਰੱਖੋ ਕਿਸੇ ਵੀ ਮੱਤ ਵਾਲੇ ਨੇ ਇਸਤਰੀ ਨੂੰ ਕੋਈ ਸਤਕਾਰ ਨਹੀਂ ਦਿੱਤਾ ਸਤਕਾਰ ਦਿੱਤਾ ਤੇ ਕੇਵਲ ਤੇ ਕੇਵਲ ਧੰਗੁਰੂ ਨਾਨਕ ਸਹਿਬ ਮਹਾਰਾਜ ਜੀ ਨੇ ਤਾਂ ਉਹਨਾਂ ਨੇ ਇਹ ਰਖੜੀ ਦਾ ਤਿਆਰ ਜਿਹੜਾ ਇਹ ਉਹ ਕਦੀ ਨਹੀਂ ਮਨਾਇਆ ਤੇ ਨਾ ਹੀ ਉਹਨਾਂ ਨੇ ਆਪ ਰਖੜੀ ਬਣਾਈ ਹੈ ਪਰ ਸਾਨੂੰ ਗੁਮਰਾਹ ਕਰਨ ਵਾਸਤੇ ਸਿੱਖਾਂ ਨੂੰ ਗੁਮਰਾਹ ਕਰਨ ਵਾਸਤੇ ਇਦਾਂ ਨਹੀਂ ਤਸਵੀਰਾਂ ਬਣਾ ਕੇ ਸਾਡੇ ਸਾਹਮਣੇ ਪੇਸ਼ ਕਰ ਦਿੱਤੀਆਂ ਜਾਂਦੀਆਂ ਨੇ ਹਾਂਜੀ ਵੀਰ ਜੀ ਨਾਲ ਹੀ ਮੈਂ ਗੱਲ ਹੈ ਵੀ ਪੁੱਛਣਾ ਚਾਹਾਂਗਾ ਆਮ ਕਰਕੇ ਜਦੋਂ ਭੈਣ ਵਿਆਹ ਕੇ ਸੋਹਰੇ ਪਰਿਵਾਰ ਦੇ ਵਿੱਚ ਜਾਂਦੀ ਹੈ ਤਾਂ ਜਦੋਂ ਇਹ ਦਿਨ ਆਉਂਦਾ ਹੈ ਰਖੜੀ ਦਾ ਤੇ ਜਦੋਂ ਭੈਣ ਵਾਪਸ ਪੇਕੇ ਘਰ ਆਉਂਦੀ ਹੈ ਤਾਂ ਉਸ ਹਾਲਾਤ ਦੇ ਵਿੱਚ ਕੀ ਕੀਤਾ ਜਾਏ ਕਿਉਂਕਿ ਆਮ ਕਰਕੇ ਉਦੋਂ ਬਜ਼ੁਰਗਾਂ ਦਾ ਕਹਿਣਾ ਹੁੰਦਾ ਹੈ ਕਿ ਹੁਣ ਆਪਾਂ ਦੇ ਲੈਣੀ ਦਿਖਾਉਣਾ ਤਾਂ ਇਸ ਸਬੰਧ ਦੇ ਅੰਦਰ ਆਪ ਜੀ ਦੇ ਕੀ ਵਿਚਾਰ ਹਨ ਮੈਂ ਤਾਂ ਵੀਰ ਜੀ ਬੇਨਤੀ ਪਹਿਲਾਂ ਹੀ ਕੀਤੀ ਹੈ ਵੀ ਗੁਰਮਤ ਜਿਹੜੀ ਹੈ ਨਾ ਗੁਰਮਤ ਗੁਰੂ ਪਾਸ਼ਾ ਸਾਨੂੰ ਇਹ ਸਿਖਾਉਂਦੇ ਨੇ ਵੀ ਗੁਰਮਤ ਦੇ ਉੱਤੇ ਪੱਕੇ ਰਹਿਣਾ ਹੈ ਹੁਣ ਗੁਰਮਤ ਦੇ ਉੱਤੇ ਪਹਿਰਾ ਦਿੰਦਿਆਂ ਕਿਸੇ ਦਾ ਦਿਲ ਦੁਖਦਾ ਏ ਤਾਂ 100 ਵਾਰੀ ਦੁਖੇ ਵੈਸੇ ਤਾਂ ਜਿਹੜਾ ਗੁਰਮਤ ਮੁਤਾਬਕ ਤੁਰਦਾ ਹੈ ਨਾ ਅਸਲ ਵਿੱਚ ਦਿਲ ਉਹਦਾ ਨਹੀਂ ਦੁਖਦਾ ਤੇ ਜਿਹੜਾ ਗੁਰਮਤ ਤੋਂ ਟੁੱਟਾ ਹੋਇਆ ਨਾ ਉਹਦਾ ਦਿਲ ਗੁਰਮਤ ਦੇ ਉੱਤੇ ਪਹਿਰਾ ਦੇਣ ਵਾਲੇ ਦਿਖਾਉਂਦੇ ਨਹੀਂ ਐ ਸਗੋਂ ਉਸ ਬੰਦੇ ਦਾ ਦਿਲ ਤੇ ਹਮੇਸ਼ਾ ਹੀ ਦੁਖਿਆ ਰਹਿੰਦਾ ਹੈ ਜਿਹੜਾ ਗੁਰਮਤਿ ਦੇ ਮੁਤਾਬਕ ਨਹੀਂ ਤੁਰਦਾ ਉਹਦਾ ਦਿਲ ਤੇ ਹਮੇਸ਼ਾ ਹੀ ਦੁਖਿਆ ਰਹਿੰਦਾ ਹੈ ਤੇ ਉਹ ਇਹ ਨਹੀਂ ਹੈ ਵੀ ਕੋਈ ਗੁਰਮਤਿ ਤੇ ਪਹਿਰਾ ਦਵੇ ਤਾਂ ਹੀ ਉਹਦਾ ਦਿਲ ਦੁਖਦਾ ਜਿਹੜਾ ਗੁਰਮਤ ਟੁੱਟਾ ਹੋਇਆ ਉਹਦੇ ਬਾਣੀ ਨੇ ਆਖ ਦਿੱਤਾ ਨਾ ਜੋ ਪੱਕਾ ਰੋਗੀ ਬਿਲ ਲਾਇਓ ਤੇ ਵਿਚਾਰਾ ਅੰਦਰੋਂ ਮੰਨ ਕਰਕੇ ਵਿਲਕਦਾ ਹੀ ਰਹਿੰਦਾ ਹੈ ਸੋ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰ ਦੇਣਾ ਲੁਧਿਆਣੇ ਅੱਜ ਤੋਂ ਮਿਰਖਲ 4 ਸਾਲ ਪਹਿਲਾਂ ਦੀ ਗੱਲ ਹੈ ਮੈਂ ਇੱਥੇ ਕਥਾ ਕਰਨ ਵਾਸਤੇ ਗਿਆ ਸੀ ਤੇ ਕੁਝ ਕੁ ਦਿਨ ਮੇਖਾ 10 15 ਕੇ ਦਿਨ ਮੈਂ ਗੁਰਦੁਆਰਾ ਸਾਹਿਬ ਦੇ ਚ ਰੁਕਿਆ ਤੇ ਇੱਕ ਬਜ਼ੁਰਗ ਬਾਪੂ ਜੀ ਜਿਨ੍ਹਾਂ ਨੇ ਖੰਡੇ ਦੀ ਪੌਲ ਲਈ ਹੋਈ ਰੋਜ਼ਾਨਾ ਹੀ ਉਹ ਗੁਰਦੁ ਰੋਜ਼ਾਨਾ ਉਹਨਾਂ ਨੇ ਗੁਰਦੁਆਰੇ ਆਇਆ ਕਰਨਾ ਤੇ ਉਹਨਾਂ ਨਾਲ ਗੱਲਬਾਤ ਹੋਣੀ ਤੇ ਪਿਆਰ ਵਾਲਾ ਰਿਸ਼ਤਾ ਉਹਨਾਂ ਦੇ ਨਾਲ ਪੈ ਗਿਆ ਤੇ ਜਿੱਦਨ ਰਖੜੀ ਦਾ ਤਿਹਾਰ ਸੀ ਨਾ ਇੱਕ ਬੀਬੀ ਜੀ ਆਏ ਤੇ ਉਹ ਕਹਿੰਦੇ ਜੀ ਭਾਈ ਸਾਹਿਬ ਜੀ ਤੁਸੀਂ ਸਾਡੇ ਘਰ ਚੱਲੋ ਤੇ ਪ੍ਰਸ਼ਾਦਾ ਛਕਾਉਣਾ ਮੈਂ ਕਿਹਾ ਜੀ ਕੋਈ ਗੱਲ ਨਹੀਂ ਜੀ ਆ ਜਾਵਾਂਗੇ ਤੇ ਉਹ ਆਪਣੇ ਘਰ ਲੈ ਕੇ ਗਏ ਬੀਬੀ ਜੀ ਤੇ ਉਹਨਾਂ ਨੇ ਪੰਜ ਸਿੰਘ ਵੱਖ-ਵੱਖ ਜਗ੍ਹਾ ਤੋਂ ਸੱਦੇ ਹੋਏ ਸੀ ਤੇ ਉਹਨਾਂ ਪੰਜਾਂ ਸਿੰਘਾਂ ਦੇ ਵਿੱਚੋਂ ਬਾਪੂ ਜੀ ਵੀ ਜਿਹੜੇ ਰੋਜ਼ਾਨਾ ਗੁਰਦੁਆਰੇ ਆਉਂਦੇ ਸੀਗੇ ਹੁਣ ਉਹ ਬਾਪੂ ਜੀ ਖੰਡੇ ਕੀ ਪੌਲ ਨਾਲ ਲਈ ਹੋਈ ਤੇ ਬਾਪੂ ਜੀ ਛਕਣ ਪ੍ਰਸ਼ਾਦਾ ਤੇ ਮੈਂ ਵੇਖਾਂ ਬਾਪੂ ਜੀ ਦੀ ਰਖੜੀ ਬਾਪੂ ਜੀ ਨੇ ਹੱਥਰੇ ਉੱਤੇ ਰਖੜੀ ਬੰਨੀ ਹੋਈ ਤੇ ਮੇਰਾ ਸੁਭਾਅ ਸਦਾ ਜਾਈ ਮੇਰੇ ਕੋ ਰਿਆ ਨਹੀਂ ਗਿਆ ਮੈਂ ਬਾਪੂ ਜੀ ਨੂੰ ਪੁੱਛ ਲਿਆ ਮੈਂ ਕਿਹਾ ਬਾਪੂ ਜੀ ਤੁਸੀਂ ਤਾਂ ਖੰਡੇ ਦੀ ਪੌਲ ਲਈ ਹੈ ਕਿਰਪਾਨ ਤੁਸੀਂ ਪਾਈ ਹੈ ਤੇ ਤੁਹਾਡੀ ਭੈਣ ਨੇ ਵੀ ਸ਼ਾਇਦ ਖੰਡੇ ਕੀ ਪੌਲ ਲਈ ਹੋਏਗੀ ਤੇ ਤੁਹਾਡੀ ਭੈਣ ਨੂੰ ਗੁਰਗੋਬਿੰਦ ਸਿੰਘ ਜੀ ਨੇ ਇਹ ਗੱਲ ਨਹੀਂ ਆਖੀ ਵੀ ਉਹ ਰੱਖਿਆ ਆਪਣੀ ਆਪ ਕਰ ਸਕਦੀ ਹੈ ਵੀ ਉਹਨੇ ਤੁਹਾਡੇ ਗੁੱਟ ਦੇ ਉੱਤੇ ਰਖੜੀ ਕੋ ਬੰਨੀ ਹੈ ਤੇ ਮੈਨੂੰ ਬਾਪੂ ਜੀ ਕਹਿਣ ਲੱਗੇ ਕਹਿੰਦੇ ਮੈਨੂੰ ਪਤਾ ਸੀ ਕਾਕਾ ਤੂੰ ਮੈਨੂੰ ਪੁੱਛਣਾ ਪੁੱਛਣਾ ਇਹ ਸਵਾਲ ਕਿਉਂਕਿ ਮੈਨੂੰ ਮੈਂ ਤੇਰੀ ਕਥਾ ਸੁਣ ਤੇ ਮੈਨੂੰ ਪਤਾ ਸੀਗਾ ਤੇ ਬਾਪੂ ਜੀ ਨੇ ਅੱਗੇ ਮੈਨੂੰ ਗੱਲ ਆਖੀ ਵੀ ਮੈਂ ਇਸ ਕਰਕੇ ਇਹ ਰਖੜੀ ਬਣਾਈ ਹੈ ਮੇਰੀ ਭੈਣ ਆਈ ਸੀ ਘਰ ਦੇ ਵਿੱਚ ਤੇ ਜੇ ਮੈਂ ਕੋਈ ਰਖੜੀ ਨਾ ਬਣਾਉਂਦਾ ਤੇ ਉਹਦਾ ਦਿਲ ਦੁਖ ਜਾਣਾ ਸੀ ਤੇ ਮੈਂ ਕਿਹਾ ਐਵੇਂ ਕਾਹਨੂੰ ਭੈਣ ਦਾ ਦਿਲ ਦਿਖਾਉਣਾ ਏ ਇਸ ਕਰਕੇ ਚਲੋ ਰਖੜੀ ਬਣਾ ਲੈਨੇ ਆ ਤੇ ਪੁੱਤ ਮੈਂ ਮੈਨੂੰ ਕਹਿਣ ਲੱਗੇ ਕਹਿੰਦੇ ਪੁੱਤ ਮੈਂ ਅੱਜ ਹੀ ਬੰਨੀ ਹੈ ਕੱਲੂ ਮੈਂ ਲਾ ਦੇਣੀ ਹੈ ਬਸ ਇੱਕ ਦਿਨ ਦਾ ਤੇ ਹੈਗਾ ਐਵੇਂ ਕਾਹਨੂੰ ਕਿਸੇ ਦਾ ਦ ਮੈਂ ਕਿਹਾ ਬਾਪੂ ਜੀ ਠੀਕ ਹੈ ਜੀ ਮੈਂ ਕਿਹਾ ਬਾਪੂ ਜੀ ਤੁਸੀਂ ਇਤਿਹਾਸ ਪੜਿਆ ਹੋਣਾ ਗੁਰੂ ਨਾਨਕ ਸਾਹਿਬ ਦਾ ਵੀ ਉਹਨਾਂ ਨੂੰ ਜਨੇਊ ਪਾਉਣ ਲੱਗੇ ਨੇ ਮੈਂ ਕਿਹਾ ਜਦੋਂ ਉਹਨਾਂ ਨੂੰ ਜਨੇਊ ਪਾਇਆ ਜਾਣਾ ਹੈ ਨਾ ਤੇ ਉਹ ਉਸ ਸਮੇਂ ਇਕੱਲਾ ਪੰਡਤ ਹਰਦੇਵਾਲ ਜਾਂ ਗੁਰੂ ਨਾਨਕ ਸਾਹਿਬ ਜਾਂ ਉਹਨਾਂ ਦੇ ਇਕੱਲੇ ਮਾਤਾ ਪਿਤਾ ਹੀ ਨਹੀਂ ਉੱਥੇ ਗੁਰੂ ਨਾਨਕ ਸਾਹਿਬ ਦੇ ਪਿਤਾ ਜੀ ਬੜੀ ਵੱਡੀ ਪੋਸਟ ਦੇ ਉੱਤੇ ਸੀਗੇ ਉਸ ਸਮੇਂ ਤਾਂ ਉਹਨਾਂ ਦੀ ਜਿਹੜੀ ਰਿਸ਼ਤੇਦਾਰੀ ਸੀ ਉਹ ਵੀ ਬੜੇ ਵੱਡੇ-ਵੱਡੇ ਲੋਕਾਂ ਦੇ ਨਾਲ ਸੀਗੀ ਮਹੱਲੇ ਦੇ ਲੋਕਾਂ ਨੂੰ ਉਹਨਾਂ ਨੇ ਸੱਦਿਆ ਹੋਇਆ ਸੀਗਾ ਉਹਨਾਂ ਦੇ ਘਰ ਦੇ ਵਿੱਚ ਬੜੇ ਵੱਡੇ-ਵੱਡੇ ਲੋਕ ਆਏ ਹੋਏ ਸੀਗੇ ਜਿਵੇਂ ਇੱਕ ਵਿਆਹ ਦੇ ਵਿੱਚ ਇਕੱਠ ਹੁੰਦਾ ਹੈ ਨਾ ਲੋਕਾਂ ਦਾ ਇਸ ਤਰ੍ਹਾਂ ਦਾ ਇਕੱਠ ਉਸ ਸਮੇਂ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਸੀ ਜਦੋਂ ਉਹਨਾਂ ਨੂੰ ਜਨੇਊ ਪਾਇਆ ਜਾਣਾ ਹੈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਨੇਊ ਪਾਉਣ ਤੋਂ ਕਰ ਦਿੱਤਾ ਇਨਕਾਰ ਪੰਡਤ ਨੂੰ ਕਿਹਾ ਮੈਂ ਤੇਰਾ ਜਨੇਊ ਨਹੀਂ ਪਾਉਣਾ ਜਦੋਂ ਇਨਕਾਰ ਕੀਤਾ ਤਾਂ ਮੈਂ ਤਾਂ ਕਲਿਆਣ ਦਾਸ ਸੀ ਜਿਹੜੇ ਗੁਰੂ ਨਾਨਕ ਸਾਹਿਬ ਦੇ ਪਿਤਾ ਨੇ ਉਹ ਆਉਂਦੇ ਨੇ ਤੇ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਨੇ ਨਾਨਕ ਜੇ ਉਹ ਜੇ ਤੂੰ ਜਨੇਊ ਪਉਣਾ ਹੀ ਨਹੀਂ ਸੀਗਾ ਮੈਨੂੰ ਪਹਿਲਾਂ ਹੀ ਦੱਸ ਦਿੰਦਾ ਮੈਨੂੰ ਪਹਿਲਾਂ ਹੀ ਦੱਸ ਦਿੰਦਾ ਤੇ ਮੈਂ ਇਹਨਾਂ ਲੋਕਾਂ ਨੂੰ ਸਾਦਾ ਨਾ ਇਹਨਾਂ ਤਾਮਝਾਮ ਜਿਹੜਾ ਕੀਤਾ ਏ ਇਹ ਨਾ ਕਰਦੇ ਤਾਂ ਗੁਰੂ ਨਾਨਕ ਸਾਹਿਬ ਨੇ ਅੱਗੇ ਉਹ ਜਵਾਬ ਪਤਾ ਕੀ ਦਿੱਤਾ ਸੀਗਾ ਗੁਰੂ ਨਾਨਕ ਸਾਹਿਬ ਨੇ ਜਵਾਬ ਦਿੱਤਾ ਪਿਤਾ ਜੀ ਇਹਨਾਂ ਸਾਰਿਆਂ ਦੇ ਸਾਹਮਣੇ ਤੇ ਮੈਂ ਜਨੇਊ ਪਾਉਣ ਤੋਂ ਇਨਕਾਰ ਕਰਨਾ ਸੀ ਕਿਉਂਕਿ ਮੈਂ ਦੱਸਣਾ ਚਾਹੁੰਦਾ ਸੀਗਾ ਕਿ ਮੈਂ ਇਹ ਧਾਗੇ ਵਾਲਾ ਜਨੇਊ ਨਹੀਂ ਪਾਉਣਾ ਜਿਹੜਾ ਸਮਾਜ ਦੇ ਵਿੱਚ ਵੰਡੀਆਂ ਪਾਉਂਦਾ ਏ ਮੈਂ ਇਹ ਕੰਮ ਨਹੀਂ ਕਰਨਾ ਮੈਂ ਇਹਨਾਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਸੀ ਇਹ ਗੱਲ ਇਸ ਕਰਕੇ ਆ ਸਾਰਾ ਕੁਝ ਮੈਂ ਹੋਣ ਦਿੱਤਾ ਹੁਣ ਜਦੋਂ ਗੁਰੂ ਨਾਨਕ ਸਾਹਿਬ ਨੇ ਇਹ ਗੱਲ ਆਖੀ ਹੋਏਗੀ ਕਿ ਉਸ ਸਮੇਂ ਜਿਹੜੇ ਲੋਕ ਉੱਥੇ ਮੌਜੂਦ ਹੋਣਗੇ ਕਿ ਉਹਨਾਂ ਦਾ ਦਿਲ ਨਹੀਂ ਦੁਖਿਆ ਹੋਏਗਾ ਕਰੀ ਸੋਚੋ ਉਹ ਕਿ ਪੰਡਤ ਦਾ ਦਿਲ ਨਹੀਂ ਦੁਖਿਆ ਹੋਏਗਾ ਪੰਡਤ ਜਿਹੜਾ ਕਿ ਹਰ ਕਿਸੇ ਦੇ ਘਰ ਜਾ ਕੇ ਜਨੇਊ ਪਾਉਂਦਾ ਏ ਅੱਜ ਉਸ ਪੰਡਤ ਦੇ ਸਾਹਮਣੇ ਇੱਕ ਛੋਟੀ ਉਮਰ ਦਾ ਬਾਲਕ ਵੈਸੇ ਤੇ ਸਾਨੂੰ ਸਰੀਰਕ ਤੌਰ ਦੇ ਉੱਤੇ ਤੇ ਗੁਰੂ ਨੂੰ ਵੇਖਿਆ ਨਹੀਂ ਜਾ ਸਕਦਾ ਕਿਉਂਕਿ ਗੁਰੂ ਸਰੀਰ ਨਹੀਂ ਹੁੰਦਾ ਗੁਰੂ ਤੇ ਬਾਣੀ ਦੀ ਵਿਚਾਰ ਹੈ ਸੋ ਇੱਕ ਛੋਟੀ ਉਮਰ ਦੇ ਵਿੱਚ ਗੁਰੂ ਨਾਨਕ ਸਹਿਬ ਮਹਾਰਾਜ ਜੀ ਨੇ ਉਸ ਦਾ ਵਿਰੋਧ ਕੀਤਾ ਉਹਦਾ ਵੀ ਦਿਲ ਦੁਖਿਆ ਹੋਏਗਾ ਹੋਰ ਵੀ ਜਿਹੜੇ ਸਾਥੀ ਉੱਥੇ ਆਏ ਹੋਣਗੇ ਪੰਡਤ ਦੇ ਨਾਲ ਦੀ ਸੋਚ ਵਾਲੇ ਉਹਨਾਂ ਦਾ ਵੀ ਦਿਲ ਦੁਖਿਆ ਹੋਏਗਾ ਪਰ ਗੁਰੂ ਸਾਹਿਬ ਨੇ ਉਥੇ ਸਿਧਾਂਤ ਦੀ ਪ੍ਰਵਾਹ ਕੀਤੀ ਹੈ ਕਿਸੇ ਦੇ ਦਿਲ ਦੀ ਪ੍ਰਵਾਹ ਨਹੀਂ ਕੀਤੀ ਦੁਖਦਾਏ ਤੇ ਦੁਖਦਾ ਰਹੇ ਪਰ ਸਿੱਖ ਨੂੰ ਇਹ ਆਖਿਆ ਹੈ ਕਿ ਤੂੰ ਸਿਧਾਂਤ ਦੇ ਉੱਤੇ ਪਹਿਰਾ ਦੇਣਾ ਹੈ ਅਸੀਂ ਦਾदू ਦੀ ਜਿਹੜੀ ਸਮਾਦ ਵਾਲੀ ਸਾਖੀ ਉਹ ਤੋਂ ਵੀ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਜਦੋਂ ਗੁਰਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਚੈੱਕ ਕਰਨ ਦੇ ਵਾਸਤੇ ਸਿੱਖਾਂ ਦਾ ਟੈਸਟ ਲੈਣ ਦੇ ਵਾਸਤੇ ਤੀਰ ਦੇ ਨਾਲ ਨਮਸਕਾਰ ਕੀਤਾ ਤੇ ਉੱਥੇ ਸਿੱਖਾਂ ਨੇ ਇਹ ਨਹੀਂ ਵੇਖਿਆ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਹਨਾਂ ਨੂੰ ਚਲੋ ਕੀ ਕਹਿਣਾ ਹੈ ਸਿੱਖਾਂ ਨੇ ਕਹਿਤਾ ਪਾਤਸ਼ਾਹ ਜੀ ਆਪ ਹੀ ਤਾਂ ਸਾਨੂੰ ਕਹਿੰਦੇ ਹੋ ਕਿ ਕਬਰਾਂ ਦੇ ਉੱਤੇ ਜਾ ਕੇ ਮੱਥੇ ਨਹੀਂ ਟੇਕਣੇ ਤੇ ਆ ਤੁਸੀਂ ਕੀ ਕੀਤਾ ਹੈ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਉਸ ਸਮੇਂ ਬੜੀ ਖੁਸ਼ੀ ਹੋਈ ਸੀ ਕਿ ਇਹਨਾਂ ਨੇ ਮੇਰੇ ਸਰੀਰ ਦੀ ਪਰਵਾਹ ਨਹੀਂ ਕੀਤੀ ਇਹਨਾਂ ਨੇ ਸਿਧਾਂਤ ਦੀ ਪਰਵਾਹ ਕੀਤੀ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਫਿਰ ਕਿ ਆਪਣੇ ਸਿੰਘਾਂ ਨੂੰ ਕਿ ਮੈਂ ਤਾਂ ਤੁਹਾਡੀ ਪ੍ਰੀਖਿਆ ਲੈ ਰਿਹਾ ਸੀ ਮੈਂ ਵੇਖਣਾ ਤਾਂਦਾ ਸੀ ਕਿ ਤੁਸੀਂ ਸਿਧਾਂਤਾਂ ਦੇ ਉ ਕਿੰਨੇ ਕ ਪੱਕੇ ਹੋ ਸੋ ਗੁਰਮਤ ਜਿਹੜੀ ਇਹ ਸਾਨੂੰ ਇਹ ਸਖੰਦਾਂ